ਮੇਰਾ ਅੰਦਰੋਂ ਇਹ ਪੱਥਰ ਪੱਟ ਕੇ ਪੱਟਿਆ ਇਹਨਾਂ ਨੇ, ਪੱਥਰ ਪੱਟ ਕੇ ਪਤਾ ਨੀ ਇਹਨਾਂ ਕੀ ਮਿਲਿਆ ਕੀ ਨਹੀਂ, 10 ਫੁੱਟ ਡੂੰਘਾ ਲੈ ਗਏ ਮੇਰੇ ਮਕਾਨ ਚ ਤਰੇੜ ਆਈ ਪਈ ਆ। ਉਸ ਤੋਂ ਬਾਅਦ ਇਹ ਮੇਰੇ ਨਾਲ ਮਹੀਨੇ 2 ਮਹੀਨਿਆਂ ਵਿਚ ਵਿਗੜਦੇ ਜਾਏਗੇ। ਫਿਰ ਇਹਨਾਂ ਨੇ ਆਖਿਰ ਮੇਰੇ ਨਾਲ ਲੜ ਕੇ ਕੁੜੀ ਨੂੰ ਬਿਠਾ ਲਿਆ। ਸਾਲ ਹੋ ਗਿਆ ਕੁੜੀ ਨੂੰ ਬਿਠਾਈ ਨੂੰ, ਮੈਂ ਜਾਂਦਾ ਰਿਹਾ, ਮੈਂ ਸਰਪੰਚ ਕੋਲੇ ਵੀ ਜਾਂਦਾ ਰਿਹਾ, ਪੰਚਾਇਤ ਕੋਲੇ ਵੀ ਜਾਂਦਾ ਰਿਹਾ, ਪਰ ਇਹਨਾਂ ਨੇ ਮੇਰੀ ਕੋਈ ਨਾ ਸੁਣੀ। ਕਹਿੰਦੇ ਜਦੋਂ ਤੇਰੇ ਮਨ ਚੋਂ ਪਾਪ ਨਿਕਲੂ ਉਦੋਂ ਕੁੜੀ ਨੂੰ ਭੇਜ ਦਾਂਗੇ। ਭੇਜਦੇ ਹੈ ਨੀ, ਮੈਂ ਹੁਣ ਵੀ 2-4 ਦਿਨ ਹੋ ਗਏ ਜਾ ਕੇ ਆਇਆ, ਹੁਣ ਵੀ ਭੇਜਣ ਨੂੰ ਤਿਆਰ ਨੀ। ਕਹਿੰਦੇ ਦੇਖਾਂਗੇ ਪੰਚਾਇਤ ਕਰਾਂਗੇ, ਬਸ ਇਹ ਗੱਲਾਂ ਹੁੰਦੀਆਂ ਰਹੀਆਂ। ਅੱਜ ਮੈਨੂੰ ਆ ਕੇ ਇਹਨਾਂ ਨੇ ਸਵੇਰੇ ਅੰਦਰੋਂ ਬਾਹਰ ਕੱਢਿਆ ਤੇ ਮੈਨੂੰ ਡਾਂਗਾਂ ਵਰਸਾਉਣ ਲੱਗ ਗਏ। ਬੰਨ ਲਿਆ ਸੀ? ਹਾਂ ਬੰਨ ਲਿਆ ਸੀ, ਬੰਨ ਕੇ ਲੱਤਾਂ ਬਾਹਾਂ ਬੰਨ ਲਿਆ ਮੇਰੇ ਤੇ, ਇਹਦੇ ਨਾਲ ਬੰਨਿਆ ਹੀ ਆਹ ਆਹ ਚੀਜ਼ਾਂ। ਇਹ ਮੇਰਾ ਸਹੁਰਾ ਪਰਿਵਾਰ ਆ ਜੀ। ਬਾਬਾ ਹੁੰਦਾ ਬਾਬਾ ਹੁੰਦਾ ਨਾ ਜੀ? ਕੋਈ ਬਾਬਾ ਨੀ, ਸਭ ਪਖੰਡ ਨੇ ਜੀ। ਬੱਚੇ ਬੁੱਚੇ ਕੋਈ? ਮੇਰੇ ਕੋਲੇ ਲੜਕਾ 8 ਸਾਲ ਦਾ ਜੀ, ਉਹ ਪਿਛਲੇ ਸਾਲ ਹਟਾ ਕੇ ਇੱਥੋਂ ਪਿੰਡ ਗਾਈ ਪਰ ਪੜ੍ਹਨ ਲਾ ਲਿਆ। ਉਹਦੇ ਮਨ ਵਿੱਚ ਵੀ ਫਰਕ ਪਵਾ ਤਾ ਜੀ, 1 ਸਾਲ ਦੇ ਅੰਦਰ ਅੰਦਰ ਹੀ ਤੈਨੂੰ ਹਿੜਵਾਉਂਦੇ। ਅੱਜ ਇਹ ਬੰਦੇ ਨੂੰ ਬਿਲਕੁਲ ਮਾਰ ਦਿੰਦੇ ਬਿਲਕੁਲ ਜਮਾ, ਇਹਨੂੰ ਇਹਦਾ ਬਹੁਤ ਬੁਰਾ ਹਾਲ ਕਰਦੇ। ਕੋਈ ਨਾ ਬੰਨਿਆ ਸੀ, ਉਹੀ ਸਾਰੇ ਭੱਜ ਕੇ ਨੇੜੇ ਹੋਏ ਆ, ਉਦੋਂ ਵਿਚਾਰਾ ਛੁੱਟ ਕੇ ਭੱਜਿਆ, ਇਹਦਾ ਮਾਰ ਦਿੰਦੇ ਇਹਨੂੰ, ਇਹਦਾ ਘਰ ਵਾਲਾ ਹੀ ਆ ਉਹ। ਇਹ ਬਿਲਕੁਲ ਪਖੰਡਵਾਦ ਕਰਦੇ ਪਏ ਨੇ ਜੀ, ਤੇ ਇਹ ਪਖੰਡਵਾਦ ਬੰਦ ਹੋਣਾ ਚਾਹੀਦਾ ਬਿਲਕੁਲ। ਕੱਪੜੇ ਪਾੜ ਕੇ ਨੰਗੇ ਬਣਦੇ ਨੇ, ਜਿਹੜੇ ਪਿਸਤੌਲ ਚਲਾਉਂਦੇ ਨੇ, ਗੋਲੀਆਂ ਮਾਰਦੇ ਨੇ, ਸਾਰੇ ਡਾਂਗਾ ਮਾਰਦੇ ਨੇ, 100 ਬੰਦਾ ਆ ਕੇ ਸਾਨੂੰ ਮਾਰਦਾ ਆ। ਹੈਲੋ ਪਾਸੂ, ਪ੍ਰਣਾਮ ਚਲੋ।
ਪੈਕੇਜ ਆਪਾਂ ਫੇਰ ਕਰੀ ਜਾਂਦਾ ਵੋਇਸ ਫਰੋਮ ਦਾ ਬੈਕ ਸਾਈਡ ਆ ਜਾ ਬੈਂ ਜਿਸ ਬਾਰੇ